ਜੋ ਲੁਧਿਆਣਾ ਦੀ ਇੱਕ ਛੋਟੀ ਜੀ ਮਾਸੂਮ ਬੱਚੀ ਦਿਲ ਰੋਜ਼ ਨਾਲ ਜੋ ਇੰਨਾ ਹੀ ਦਰਦਨਾਕ ਇੱਕ ਮਾਸੂਮ ਨੂੰ ਮਾਰ ਦਿੱਤਾ ਗਿਆ ਸਾਰਾ ਪੰਜਾਬ ਸਾਡਾ ਅੱਜ ਰੋ ਰਿਹਾ ਹਰ ਮਾਂ ਰੋ ਰਹੀ ਹੈ ਮੈਂ ਵੀ ਉਸੇ ਤਰ੍ਹਾਂ ਐਜ਼ ਏ ਚੇਅਰਪਰਸਨ ਔਰ ਇੱਕ ਮਾਂ ਵੀ ਹਾਂ ਆਪਣਾ ਦੁੱਖ ਬਿਆਨ ਨਹੀਂ ਕਰ ਸਕਦੀ ਬਟ ਕਾਨੂੰਨ ਤੋਂ ਉੱਪਰ ਕੁਛ ਵੀ ਨਹੀਂ ਹੈ ਤੁਹਾਡੇ ਸਭ ਦੇ ਵੀ ਬਹੁਤ ਸਾਰੇ ਮੈਸੇਜ ਮੈਨੂੰ ਆ ਰਹੇ ਸੀ ਕਿ ਦਿਲਰੋਜ਼ ਨੂੰ ਇਨਸਾਫ ਮਿਲੇ ਬਿਲਕੁਲ ਮਿਲ ਕੇ ਰਹੇਗਾ ਸਾਡੀ ਕਮਿਸ਼ਨ ਅੱਜ ਸੈਸ਼ਨ ਜੱਜ ਨੂੰ ਕਿਉਂਕਿ ਹਾਲਿਆ ਕੇਸ ਸੈਸ਼ਨ ਜੱਜ ਕੋਲੇ ਇਨਵੈਸਟੀਗੇਸ਼ਨ ਅਤੇ ਇਹਦਾ ਸਪੈਸ਼ਲ ਕਿਉਂਕਿ ਇਹ ਬੜਾ ਹੀ ਰੇਅਰ ਕੇਸ ਹੈ ਜਿਸ ਦਰਿੰਦਗੀ ਦੇ ਨਾਲ ਉਸ ਬੱਚੀ ਨੂੰ ਮਾਰਿਆ ਗਿਆ ਬੜਾ ਹੀ ਰੇਅਰ ਕੇਸ ਹੈ ਔਰ ਸਾਡੇ ਇੱਕ ਸਮਾਜ ਵਾਸਤੇ ਇੱਕ ਮੈਸੇਜ ਵੀ ਹੈ ਕਿ ਤੁਸੀਂ ਜੇ ਆਪਣੇ ਇਰਦ ਗਿਰਦ ਇਹੋ ਜਿਹੇ ਕੁਛ ਲੋਕਾਂ ਨੂੰ ਦੇਖਦੇ ਹੋ ਇਹ ਇੱਕ ਬੱਚੀ ਦੇ ਜਿਹੜੀ ਇੱਕ ਇੰਨੀ ਦਰਦਨਾਕ ਮੌਤ ਇੱਕ ਔਰਤ ਦੇ ਨਾਮ 'ਤੇ ਕਲੰਕ ਜਿਹੜੀ ਬਣ ਕੇ ਔਰਤ ਸਾਹਮਣੇ ਆਈ ਹੈ ਜਿਹਨੇ ਸਾਰੇ ਸਮਾਜ ਵਿੱਚ ਸਭ ਨੂੰ ਸ਼ਰਮਿੰਦਾ ਕਰਤਾ ਔਰ ਸਾਡੇ ਉਹ ਵੀ ਪੰਜਾਬ ਦੇ ਜਿੱਥੇ ਲੋਕ ਪਿਆਰ ਹੀ ਪਿਆਰ ਸਿਰਫ ਲੁਟਾਉਂਦੇ ਨੇ ਔਰ ਜੇ ਤੁਹਾਡੇ ਇਰਦ ਗਿਰਦ ਤੁਹਾਨੂੰ ਕੁਛ ਇੱਦਾਂ ਦੇ ਸੰਦਿਗਧ ਲੋਕ ਲੱਗਦੇ ਨੇ ਉਹਨਾਂ ਦੀ ਐਕਟੀਵਿਟੀ ਜਾਂ ਉਹ ਤੁਹਾਨੂੰ ਕਿਸੇ ਵੇਲੇ ਪਤਾ ਵੀ ਨਹੀਂ ਚੱਲਦਾ ਤੁਹਾਡੇ ਘਰ ਵਿੱਚ ਘੁਸ ਕੇ ਉਹ ਕੀ ਉਹਨਾਂ ਦੀ ਮਨਸ਼ਾ ਕੀ ਕਰਨਾ ਚਾਹੁੰਦੇ ਨੇ ਤੁਸੀਂ ਇਮੀਡੀਏਟਲੀ ਐਡਮਿਨਿਸਟ੍ਰੇਸ਼ਨ ਨੂੰ ਇਨਫੋਰਮ ਕਰੋ ਨਜ਼ਰ ਰੱਖੋ ਆਪਣੇ ਆਸ ਪੜੋਸ ਵਿੱਚ ਆਪਣੇ ਇਰਦ ਗਿਰਦ ਲੋਕਾਂ 'ਤੇ ਕਿ ਕਿਤੇ ਤੁਹਾਨੂੰ ਕੋਈ ਇੰਟੈਂਸ਼ਨਲੀ ਨੁਕਸਾਨ ਤਾਂ ਨਹੀਂ ਪਹੁੰਚਾਉਣਾ ਚਾਹੁੰਦਾ ਕਿਤੇ ਤੁਹਾਡੀ ਖੁਸ਼ੀਆਂ ਨੂੰ ਦੇਖ ਕੇ ਕੋਈ ਦਿਲ ਹੀ ਦਿਲ ਵਿੱਚ ਜਲ ਤਾਂ ਨਹੀਂ ਰਿਹਾ ਕਿਉਂਕਿ ਲੋਕ ਅੱਜ ਕੱਲ੍ਹ ਲੋਕਾਂ ਨੂੰ ਸਮਝ ਪਾਉਣਾ ਬਹੁਤ ਔਖਾ ਹੈ ਜਿਹੜੇ ਬੱਚੇ ਜਿਸ ਔਰਤ ਨੂੰ ਭੂਆ ਕਹਿ ਕੇ ਬੁਲਾਉਂਦੇ ਸੀ ਕਲੰਕਿਤ ਕਰਤਾ ਉਹਨੇ ਆਪਣੇ ਔਰਤ ਹੋਣ ਨੂੰ ਕਲੰਕਿਤ ਕਰਤਾ ਅਤੇ ਸਾਡਾ ਕਮਿਸ਼ਨ ਸੈਸ਼ਨ ਜੱਜ ਨੂੰ ਲਿਖਣ ਜਾ ਰਿਹਾ ਕਿ ਇਹਦੀ ਜਲਦੀ ਤੋਂ ਜਲਦੀ ਇਨਵੈਸਟੀਗੇਸ਼ਨ ਅਤੇ ਟ੍ਰਾਇਲ ਕਰਾ ਕੇ ਇਹਨੂੰ ਸਖ਼ਤ ਤੋਂ ਸਖ਼ਤ ਇਹਨੂੰ ਮੌਤ ਦੀ ਸਜ਼ਾ ਉਤਾਰਿਆ ਜਾਏ ਸਾਡੇ ਹਫ਼ਤੇ 'ਚ ਹੁੰਦਾ ਅਤੇ ਕਦ ਤੱਕ ਜਾਂ ਸਮਾਜ 'ਤੇ ਜਿੱਦਾਂ ਪੰਜਾਬਾਂ ਦੇ ਪੰਜਾਬੀਆਂ ਨੂੰ ਗੁੱਸਾ ਹੈ ਮੈਨੂੰ ਲੱਗਦਾ ਪੂਰੇ ਭਾਰਤ 'ਚ ਹੀ ਹਰ ਮਾਂ ਜ਼ਰੂਰੀ ਹੋਣੀ ਹੈ ਉਸ ਬੱਚੀ ਦੀ ਉਸ ਮਾਂ ਦੀ ਹਾਲਤ ਦੇਖ ਕੇ ਸ਼ਬਦ ਨਹੀਂ ਹੈ ਮੇਰੀ ਤਬੀਅਤ ਵੀ ਠੀਕ ਜਦੋਂ ਨਹੀਂ ਰਹੀ ਪਰ ਮੈਂ ਜਦੋਂ ਵੀ ਆਪਣਾ ਫੋਨ ਉਠਾਉਂਦੀ ਸੀ ਤਾਂ ਕਿਤੋਂ ਨਾ ਕਿਤੋਂ ਮੈਸੇਜ ਆਇਆ ਹੁੰਦਾ ਸੀ ਅਤੇ ਬੜਾ ਮੇਰਾ ਮਨ ਵੀ ਖਰਾਬ ਹੋਇਆ ਜਲਦੀ ਮੈਂ ਦਿਲਰੋਜ਼ ਦੀ ਮੰਮੀ ਕੋਲ ਹੋਵਾਂਗੀ ਜਾਵਾਂਗੀ ਉਹਨਾਂ ਨੂੰ ਮਿਲਣ ਉਹਨਾਂ ਨੂੰ ਹੌਸਲਾ ਦੇਣ ਜਾਵਾਂਗੀ ਪਰ ਕਾਨੂੰਨ ਤੋਂ ਉੱਪਰ ਕੁਛ ਨਹੀਂ ਹੈ ਉਸ ਜਲਾਦ ਔਰਤ ਨੂੰ ਸਜ਼ਾ ਮਿਲ ਕੇ ਰਹੇਗੀ